76 ਸਾਲਾਂ ਦਾ ਸਫ਼ਰ ਅਨੇਕਾਂ ਮੰਜ਼ਰਾਂ ਮੌਸਮਾਂ ਤਜਰਬਿਆਂ ਤੇ ਇਮਤਿਹਾਨਾਂ ਚੋਂ ਗੁਜ਼ਰਿਆ ਹੈ ਇੱਕ ਆਮ ਜ਼ਿੰਦਗੀ ਤੋਂ ਬਹੁਤ ਹਟ ਕੇ ਜ਼ਾਹਿਰ ਹੈ ਕਿ ਅਜੀਤ ਕੌਰ ਆਮ ਔਰਤ ਦੀ ਜ਼ਿੰਦਗੀ 'ਚ ਬੰਦ ਕੇ ਨਹੀਂ ਬਲਕਿ ਕੁਝ ਅਲੱਗ ਹੀ ਤਕਦੀਰ ਬਣਾਉਣ ਨਿਕਲੇ ਸੰਪਾਦਕ ਤੋਂ ਪੰਜਾਬੀ ਸ਼ਾਰਟ ਸਟੋਰੀ ਦੀ ਮਲਿਕਾ ਜਿਨ੍ਹਾਂ ਦੇ ਹੱਥ ਵਿੱਚ ਕਲਮ ਆ ਕੇ ਬੇਤੜਕ ਹੋ ਕੇ ਰਿਸ਼ਤਿਆਂ ਦੀ ਉਧੇੜ ਬੁਨ ਨੂੰ ਉਬਾਲਦੀ ਰਹੀ ਹੈ ਜਿਹਦੀ ਝਲਕ ਉਹਨਾਂ ਦੀ ਆਟੋਬਾਇਓਗ੍ਰਾਫੀ ਖਾਨਾ ਬਦੋਸ਼ ਵਿੱਚ ਖੁੱਲ੍ਹ ਕੇ ਨਜ਼ਰ ਆਉਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਮਜ਼ਦੂਰ ਕੁੜੀਆਂ ਨੂੰ ਪੜ੍ਹਾਉਣ ਲਿਖਾਉਣ ਦਾ ਜ਼ਿੰਮਾ ਉਠਾਇਆ ਹੈ ਸਾਰਕ ਦੇ ਵਿੱਚ ਲੇਖਕਾਂ ਅਤੇ ਕਲਾਕਾਰਾਂ ਦੀ ਜਗ੍ਹਾ ਕਾਇਮ ਕੀਤੀ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਦੀ ਕਨੇਰੀਆਂ ਮੁਸ਼ਕਿਲਾਂ ਅਤੇ ਦਰਦਨਾਕ ਹਾਦਸਿਆਂ ਨੂੰ ਇਸੇ ਤਰ੍ਹਾਂ ਦੂਸਰਿਆਂ ਦੀ ਮਦਦ ਕਰ ਪਾਰ ਕੀਤਾ ਹੈ ਅਤੇ ਜ਼ਿੰਦਗੀ ਖੁਸ਼ਗਵਾਰ ਬਣਾਈ ਹੈ ਸ਼੍ਰੋਮਣੀ ਸਾਹਿਤਕਾਰ ਅਵਾਰਡ ਇੰਟਰਨੈਸ਼ਨਲ ਆਈਟਾ ਅਵਾਰਡ ਸਾਹਿਤ ਅਕੈਡਮੀ ਅਵਾਰਡ ਅਤੇ ਹੋਰ ਬਹੁਤ ਸਾਰੇ ਅਵਾਰਡਸ ਨਾਲ ਸਨਮਾਨੇ ਗਏ ਅਜੀਤ ਕੌਰ ਸਾਨੂੰ ਵੀ ਕੁਝ ਖਾਸ ਪਲ ਦੇ ਰਹੇ ਹਨ ਇਸ ਮੁਲਾਕਾਤ ਵਿੱਚ ਤੁਹਾਡਾ ਸਾਡੇ ਸ਼ੋਅ 'ਚ ਬਹੁਤ ਬਹੁਤ ਸਵਾਗਤ ਹੈ ਅਜੀਤ ਕੌਰ ਜੀ ਤੁਹਾਡਾ ਬੁਲਾਣਾ ਬੜਾ ਮੁਬਾਰਕ ਹੈ ਔਰ ਮੈਂ ਸ਼ੁਕਰਗੁਜ਼ਾਰ ਹਾਂ ਤੁਸੀਂ ਚੰਡੀਗੜ੍ਹ ਆਏ ਹੋ ਇਸ ਟਾਈਮ ਸਾਕ ਫੋਕਲੋਰ ਫੈਸਟੀਵਲ ਹੋ ਰਿਹਾ ਹੈ ਸਾਕ ਦਾ ਜਿਹੜਾ ਇਹ ਵਾਲਾ ਕਲਚਰਲ ਚੈਪਟਰ ਹੈ ਇਹਦੇ ਤੁਸੀਂ ਫਾਊਂਡਰ ਪ੍ਰੈਜ਼ੀਡੈਂਟ ਰਹੇ ਹੋ ਇਹ ਪੂਰੀ ਜਰਨੀ ਕਿਸ ਪੁਆਇੰਟ 'ਤੇ ਤੁਸੀਂ ਸ਼ੁਰੂ ਕਰਨਾ ਮਹਿਸੂਸ ਕੀਤਾ ਕਿ ਤੁਸੀਂ ਤੁਹਾਨੂੰ ਇਹ ਕਰਨਾ ਚਾਹੀਦਾ ਅਤੇ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਹੈ ਮੈਨੂੰ ਹਿਸਾਬ ਕਿਤਾਬ ਨਾਲ ਅਤੇ ਘਰ ਬਹਿ ਕੇ ਤਕੀਆ ਲੈ ਕੇ ਚਾਹ ਪੀਂਦਿਆਂ ਕਹਾਣੀ ਲਿਖਣੀ ਚਾਹੀਦੀ ਓਰਿਜਿਨਲ ਧਰਮ ਮੇਰਾ ਅੱਖਰ ਨੂੰ ਕਾਗਜ਼ 'ਤੇ ਬਿਠਾਉਣਾ ਹੈ ਜੀ ਲਫ਼ਜ਼ਾਂ ਨੂੰ ਘੜਨਾ ਤਰਾਸ਼ਣਾ ਉਹਨਾਂ ਦੀ ਆਤਮਾ ਨੂੰ ਪਕੜਨਾ ਇਹੀ ਮੇਰਾ ਕੰਮ ਹੈ ਲੇਕਿਨ ਉਹ ਕੋਈ ਵੇਲਾ ਹੁੰਦਾ ਹੈ ਕਿ ਉਹ ਕਮਲੀ ਹੁੰਦੇ ਨੇ ਲੇਖਕ ਵੀ ਅਤੇ ਕਮਲੀ ਦੂਜੀ ਪੈ ਗਈ ਮੜੀ ਅੰਧੇਰਾ ਉਹ ਹਿਸਾਬ ਹੈ ਜੋ ਕਿ 1974 ਦੇ ਵਿੱਚ ਕੋਈ ਬੜੀ ਮੇਰੇ ਕਲੇਜੇ ਨੂੰ ਢਾ ਲੱਗਣ ਵਾਲਾ ਘਟਨਾ ਹੋਈ ਜਿਹੜੀ ਬਰਦਾਸ਼ਤ ਨਹੀਂ ਸੀ ਹੋ ਰਹੀ ਜੀ ਅਤੇ 1975 ਦੀ ਜਨਵਰੀ ਵਿੱਚ ਮੈਂ ਇੱਕ ਔਰਗਨਾਈਜੇਸ਼ਨ ਸ਼ੁਰੂ ਉਹ ਕਹਿੰਦੇ ਔਰਗਨਾਈਜੇਸ਼ਨ ਦਾ ਨਾਂ ਆਉਣਾ ਚਾਹੀਦਾ ਅਤੇ ਉਹਦਾ ਨਾਂ ਰੱਖ ਲਿਆ ਰਜਿਸਟਰ ਕਰਵਾ ਲਿਆ ਜਿਹਦੇ ਵਿੱਚ ਫਲੋਟਿੰਗ ਲੇਬਰ ਇਹਨੂੰ ਕਹਿੰਦੇ ਨੇ ਐਡੋਲੈਸੈਂਟ ਗਰਲ ਜੀ ਔਰ ਉਹਨਾਂ ਨੂੰ ਫੜ ਕੇ ਲਿਆਉਣਾ ਸਿਖਾਉਣਾ ਉਹਨਾਂ ਨੂੰ ਸਿਖਾਉਣਾ ਪੜ੍ਹਾਉਣਾ ਔਰ ਕੋਈ ਇਸ ਤਰ੍ਹਾਂ ਦਾ ਕਸਬ ਸਿਖਾਉਣਾ ਜਿਹਦੀ ਉਸ ਵੇਲੇ ਡਿਮਾਂਡ ਸੀ ਔਰ ਇਸ ਤਰ੍ਹਾਂ ਇਹ ਸ਼ੁਰੂ ਹੋਇਆ ਅੱਛਾ ਉਸ ਤੋਂ ਬਾਅਦ ਮੈਂ ਕਿਹਾ ਇਹ ਮੈਂ ਕੀ ਕਰ ਰਹੀ ਹਾਂ ਜੇ ਮੈਂ ਰਾਈਟਰ ਆ ਮੈਨੂੰ ਕੁਛ ਕਲਚਰ ਦਾ ਵੀ ਕਰਨਾ ਚਾਹੀਦਾ ਫਿਰ ਯੰਗ ਰਾਈਟਰਸ ਨੂੰ ਅੱਗੇ ਲਿਆਉਣਾ ਫਿਰ 1977 ਦੇ ਵਿੱਚ ਇਹ ਤੁਸੀਂ ਕੱਲ੍ਹ ਅਲਗੋਜ਼ੇ ਸੁਣੇ ਹੋਣਗੇ ਅਲਗੋਜ਼ਿਆਂ ਵਾਲਿਆਂ ਨੂੰ ਲੱਭਣ ਵਾਸਤੇ ਇੱਥੇ ਕਮਲ ਤਿਵਾਰੀ ਹੈਗਾ ਹਾਂਜੀ ਮੈਨੂੰ ਮਿਲਿਆ ਨਹੀਂ ਮੈਂ ਦੋ ਦਿਨ ਹੋ ਗਏ ਉਹ ਉਡੀਕਦੇ ਆ ਪਤਾ ਨਹੀਂ ਕਿੱਥੇ ਗਾਏ ਪਏ ਉਹਨੂੰ ਮੈਂ ਕਿਹਾ ਅਲਗੋਜ਼ਿਆਂ ਵਾਲੇ ਲੱਭਦੇ ਕਿਉਂਕਿ ਕਈ ਇੰਸਟਰੂਮੈਂਟ ਨੇ ਨਾ ਸਾਡੇ ਉਹ ਗਾਇਬ ਹੁੰਦੇ ਜਾ ਰਹੇ ਨੇ ਰਬਾਬ ਜਿਸ ਤਰ੍ਹਾਂ ਗਾਇਬ ਹੋ ਰਹੀ ਹੈ ਅਲਗੋਜ਼ੇ ਗਾਇਬ ਹੋ ਰਹੇ ਨੇ ਬੋਲੀਆਂ ਗਾਇਬ ਹੋ ਰਹੀਆਂ ਨੇ ਇਸ ਫੈਸਟੀਵਲ ਨਾਲ ਇਹ ਸਾਰੇ ਰੀਇਨਵੈਂਟ ਹੋਏ ਹੈ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਕੁਛ ਫਾਇਦਾ ਮਿਲਿਆ ਹੈ ਕੁਛ ਤੇ ਰੀਇਨਵੈਂਟ ਕਰਨ ਦਾ ਹੀ ਤੇ ਉਪਰਾਲਾ ਹੈ ਸੋ ਉਹਨੂੰ ਮੈਂ ਕਿਹਾ ਅਲਗੋਜ਼ਿਆ ਵਾਲੇ ਬੁਲਾ ਦੇ ਫਿਰ ਮੈਂ ਕਿਧਰੇ ਕੈਸੇਟ ਅੱਲਾ ਰੱਖਾ ਸਾਹਿਬ ਤਬਲਾ ਨਵਾਜ਼ ਜੀ ਉਹਨਾਂ ਦਾ ਜਵਾਈ ਉਹਨੇ ਕਿਹਾ ਖਾਲਾ ਤੁਸੀਂ ਇਹ ਸੁਣੋ ਮੇਰੇ ਕੋਲ ਕੈਸੇਟ ਹੈਗਾ ਇਹ ਸਾਡਾ ਪਾਕਿਸਤਾਨ ਦਾ ਕੋਈ ਖੁਸਰਾ ਹੈ ਪਰ ਮੇਰੇ ਕੋਲ ਇੱਕੋ ਲਾਈਨ ਹੈ ਉਹਦੀ ਅੱਛਾ ਮੈਂ ਕਿਹਾ ਸੁਣਾ ਤੇ ਅਸੀਂ ਕੁੱਲੀ ਰਾਹ ਵਿੱਚ ਪਾ ਲਈ ਅਸਾਂ ਤੇਰੇ ਆਉਂਦਾ ਜਾਂਦਾ ਤੱਕਦਾ ਰਵੀ ਮੈਂ ਕਿਹਾ ਜਦੋਂ ਇਹਦੀ ਕਾਪੀ ਕਰਦੇ ਆ ਕੇ ਮੈਂ ਕਿਹਾ ਹੈ ਕਿਦਾ ਕੌਣ ਰਹਿੰਦਾ ਹੈ ਕਿੱਥੇ ਰਹਿੰਦਾ ਹੈ ਕਹਿੰਦਾ ਇਹ ਮੈਨੂੰ ਕੁਛ ਨਹੀਂ ਪਤਾ ਬਸ ਕਿੱਧਰੋਂ ਮੈਨੂੰ ਲੱਭ ਗਈ ਇੱਕ ਲਾਈਨ ਕਮਲ ਤਿਵਾਰੀ ਨੇ ਉਹਨੂੰ ਲੱਭ ਲਿਆ ਅੱਛਾ ਜਾ ਕੇ ਜਲੰਧਰ ਦੇ ਕਿਸੇ ਪਿੰਡ ਵਿੱਚ ਆਪਣੀ ਨੂਰਾ ਅੱਛਾ ਮਰਾਸਨ ਉਹਨੂੰ ਲੱਭ ਲਿਆ ਉਹਨੂੰ ਕਿਹਾ ਕਿ ਚੱਲ ਤੇਰਾ ਦਿੱਲੀ ਪ੍ਰੋਗਰਾਮ ਕਰਨਾ ਅਤੇ ਨੂਰਾ ਬੀਬੀ ਜਿਸ ਵੇਲੇ ਉਤਰੀ ਗੱਡੀ 'ਚੋਂ ਮੇਰੀ ਕੁੜੀ ਲੈਣ ਉਹਨੂੰ ਗਈ ਹੋਈ ਸੀ ਮੈਂ ਉੱਥੇ ਇੰਤਜ਼ਾਮ ਕਰ ਰਹੀ ਸੀ ਪੈਸੇ ਪੂਸੇ ਸਾਡੇ ਕੋਲ ਕਦੀ ਹੁੰਦੇ ਨਹੀਂ ਕਿਉਂਕਿ ਅਰਪਨਾ ਜੋ ਕਮਾਉਂਦੀ ਹੋਈ ਅਸੀਂ ਖਰਚ ਕਰ ਗਵਰਨਮੈਂਟ ਨੇ ਬਿਊਰੋਕਰੇਸੀ ਨੇ ਕਦੇ ਨਹੀਂ ਉਹ ਬਾਅਦ ਵਿੱਚ ਥੋੜ੍ਹਾ ਬਹੁਤ ਸ਼ੁਰੂ ਹੋਇਆ ਪਰ ਉਦੋਂ ਸਾਰਾ ਕੁਛ ਸਾਰਾ ਜਿਹੜਾ ਪਾਗਲਪਨ ਹੈ ਉਹ ਅਰਪਨਾ ਦੇ ਖੁਦ ਦੀ ਪਾਕਿਟ ਐਨੀਵੇ ਸੋ ਨੂਰਾ ਨੂੰ ਜਿਸ ਵੇਲੇ ਉਤਰੀ ਉਹ ਅਰਪਨਾ ਨੇ ਵੇਖਿਆ
ਕਿ ਇਸ ਸ਼ਕਲ ਹੀ ਤੇ ਇਹਨੂੰ ਮੈਂ ਲਿਜਾ ਨਹੀਂ ਸਕਦੀ ਸੋ ਪਹਿਲੋਂ ਘਰ ਲੈ ਗਈ ਕੱਪੜੇ ਬਦਲਾ ਉਹਨੂੰ ਫਟਾਫਟ ਕੱਪੜੇ ਬਦਲਵਾਏ ਉਹਨੂੰ ਕੰਘੀ ਕੀਤੀ ਆਪਣੀ ਪਰਾਂਦੀ ਉਹਨੂੰ ਪਾਈ ਔਰ ਫਿਰ ਉਹਨੂੰ ਲਿਆਏ ਤਾਂ ਵੀ ਉਹ ਸਾਰੇ ਕਹਿੰਦੇ ਆ ਜੀ ਤੇ ਕੀ ਚੀਜ਼ ਹੈ ਮੈਂ ਕਿਹਾ ਚੁੱਪ ਰਹੋ ਤੁਸੀਂ ਆਵਾਜ਼ ਕੱਢਣ ਦਿਓ ਇਹਨੂੰ ਉਹ ਫਿਰ ਤੇ ਪਾਗਲ ਕਰ ਦਿੱਤਾ ਅੱਛਾ ਦੋ ਘੰਟਿਆਂ ਦਾ ਪ੍ਰੋਗਰਾਮ ਸੀ ਚਾਰ ਘੰਟੇ ਕਿਸੇ ਨੂੰ ਉੱਠਣ ਨਹੀਂ ਦਿੱਤਾ ਨਾ ਕੋਈ ਉੱਠਿਆ 700 ਬੰਦਾ ਕੀਲੇ ਹੋਇਆ ਬੈਠਾ ਕਮਲ ਤਿਵਾਰੀ ਲੈ ਆਇਆ ਕਹਿੰਦਾ ਇਹ ਮੇਰਾ ਦੋਸਤ ਹੈ ਇਹਨੂੰ ਜਰਾ ਇੱਕ ਗਾਣ ਦਿਓ ਇਹ ਦਿੱਲੀ 'ਚ ਇੰਟਰੋਡਿਊਸ ਹੋ ਜਾਏਗਾ ਮੈਂ ਕਿਹਾ ਪਰ ਇੱਕ ਤੋਂ ਵੱਧ ਨਹੀਂ ਕਿਉਂਕਿ ਬਾਕੀ ਪ੍ਰੋਗਰਾਮ ਹੋਰ ਹੈ ਕੁਛ ਹਾਂ ਹਾਂ ਠੀਕ ਹੈ ਇੱਕ ਸੋ ਉਹ ਸੀ ਗੁਰਦਾਸ ਮਾਨ ਅੱਛਾ ਹੁਣ ਅੱਜ ਤਾਂ ਨਹੀਂ ਪਛਾਣਦਾ ਕੋਈ ਵੀ ਗੁਰਦਾਸ ਮਾਨ ਇੱਕ ਤੋਂ ਬਾਅਦ ਕਹਿੰਦਾ ਇੱਕ ਹੋਰ ਗੱਲ ਆ ਮੈਂ ਕਿਹਾ ਨਹੀਂ ਨਹੀਂ ਉੱਤਰ ਬਸ ਸੋ ਐਸਾ ਇਹ ਇੰਟਰੋਡਿਊਸ ਹੋ ਗਿਆ ਅੱਛਾ ਦਿੱਲੀ 'ਚ ਸੋ ਜਗਜੀਤ ਸਿੰਘ ਨੂੰ ਮੈਂ ਇੰਟਰੋਡਿਊਸ ਕੀਤਾ ਹੈ ਦਿੱਲੀ ਅੱਛਾ ਜਗਜੀਤ ਸਿੰਘ ਦੇ ਜਦੋਂ ਪੋਸਟਰ ਪਾਸ ਲਾਏ ਸੀ ਉਹ ਵੀ ਕਿਸੇ ਨੇ ਕਿਹਾ ਸੀ ਮੇਰਾ ਦੋਸਤ ਹੈ ਵਿਚਾਰਾ ਉਹਨੂੰ ਜ਼ਰਾ ਇੰਟਰੋਡਿਊਸ ਕਰ ਦੇ ਤੂੰ ਕਰਦੀ ਰਹਿੰਦੀ ਇਸ ਤਰ੍ਹਾਂ ਦੇ ਖੱਪਣ ਵਾਲੇ ਕੰਮ ਸੋ ਕਮਾਨੀ ਹਾਲ ਬੁੱਕ ਕਰ ਦਿੱਤਾ ਉੱਥੇ ਵੀ 750 ਸੀਟਰ ਤੇ ਜਗਜੀਤ ਸਿੰਘ ਨੂੰ ਉਸ ਟਾਈਮ ਹਲੇ ਕੋਈ ਪਛਾਣਦਾ ਨਹੀਂ ਸੀ ਹਲੇ ਸ਼ੁਰੂਆਤ ਹੀ ਨਹੀਂ ਸੀ ਉਹਨਾਂ ਦੀ ਮੇਰੇ ਕੋਲ ਤਾਂ ਇਨਵੀਟੇਸ਼ਨ ਕੋਈ ਨਹੀਂ ਸੀ ਪੜਦਾ ਕਹਿੰਦੇ ਸਿੱਖਾਂ ਨੂੰ ਗਜ਼ਲ ਗਾਣੀ ਕਦੋਂ ਆ ਗਈ ਅੱਛਾ ਕਿਹੜਾ ਸਿੱਖ ਹੈ ਗਜ਼ਲ ਗਾਣ ਵਾਲਾ ਐਂਡ ਵਿੱਚ ਇਹ ਹੋਇਆ ਕਿ ਮੈਂ ਘਬਰਾ ਕੇ ਥੋੜੀ ਜਿਹੀ ਮੇਰੀ ਵਾਕਫੀਅਤ ਸੀ ਦਲੀਪ ਕੁਮਾਰ ਜਿਹੜਾ ਫਿਲਮ ਐਕਟਰ ਹੈ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਯੂਸਫ ਭਾਈ ਮੈਂ ਇੱਕ ਮੁਸੀਬਤ ਮੈਂ ਫਸ ਗਈ ਹੂੰ ਕਮਾਨੀ ਹਾਲ ਬੁੱਕ ਕਰਦੀ ਹੈ ਮੇਰੇ ਸੇ ਤੋ ਕੋਈ ਇਨਵੀਟੇਸ਼ਨ ਨਹੀਂ ਪਕੜ ਰਹਾ ਆਪਕੇ ਸ਼ਹਿਰ ਕਾ ਮੁੰਡਾ ਹੈ ਖੁਦਾ ਰਾ ਆਪ ਆ ਜਾਓ ਆ ਗਏ ਹੋ ਜੀ ਫਰਾਕ ਤੇ ਲਾਦਮੀ ਹੈ ਜੀ ਜੀ ਕਹਿੰਦਾ ਲਿਆ ਹੋਏ ਜਗਜੀਤ ਸਿੰਘ ਦਾ ਵਾਜਾ ਫੜ ਲਿਆ ਕਹਿੰਦਾ ਮੈਂ ਸਾਰੀ ਉਮਰ ਕਦੀ ਸਟੇਜ ਤੇ ਨਹੀਂ ਗਾਇਆ ਤੇ ਨਾ ਹੀ ਮੇਰਾ ਖਿਆਲ ਹੈ ਅੱਜ ਤੋਂ ਬਾਅਦ ਕਦੀ ਗਾਣਾ ਹੈ ਪਰ ਅਜੀਤ ਦੀ ਖਿਦਮਤ ਵਿੱਚ ਮੈਂ ਇੱਕ ਗਜ਼ਲ ਪੇਸ਼ ਕਰਨੀ ਸੋ ਦੈਟ ਵਾਜ ਮਾਈ ਇਨਾਮ ਜੀ ਦਲੀਪ ਸਿੰਘ ਸੈਂਗ ਦਲੀਪ ਕੁਮਾਰ ਸੈਂਗ ਫॉर ਯੂ ਐਂਡ ਦੈਟ ਇਜ਼ ਹਾਊ ਜਗਜੀਤ ਸਿੰਘ ਵਾਸ ਇੰਟਰੋਡਿਊਸ ਦਲੀਪ ਕੁਮਾਰ ਦੇ ਜਦੋਂ ਬੈਨਰ ਲੱਗੇ ਦੇਖੇ ਤੇ ਕਮਾਨੀ ਕੀ ਪਰਨਾ ਸੀ ਪੂਰੀ ਬਾਲੀ ਸੜਕ ਪਰ ਹੀ ਹੋਈ ਅਜੀਤ ਜੀ ਸਾਗ ਦਾ ਫਿਰ ਐਕਸਪੀਰੀਅੰਸ ਫਾਈਨਲੀ ਕਿਸ ਤਰ੍ਹਾਂ ਇਸ ਤਰ੍ਹਾਂ ਹੈ ਕਿ 82 ਵਿੱਚ ਅੰਮ੍ਰਿਤਾ ਪ੍ਰੀਤਮ ਦਾ ਮੈਨੂੰ ਫੋਨ ਆਇਆ ਅੱਛਾ ਕਿ ਤੂੰ ਸਿਬਤਲ ਹਸਨ ਜ਼ੈਗਮ ਨੂੰ ਜਾਣਨੀ ਹੈ ਅੱਛਾ ਤਾਂ ਸਿਬਤਲ ਹਸਨ ਜ਼ੈਗਮ ਪੰਜਾਬੀ ਦੇ ਬਹੁਤ ਵੱਡੇ ਸਕਾਲਰ ਪਾਕਿਸਤਾਨ ਦੇ ਜੀ ਔਰ ਸਿਰਫ ਉਹੀ ਨੇ ਜਿਹੜੇ ਸਾਨੂੰ ਗੁਰਮੁਖੀ ਵਿੱਚ ਚਿੱਠੀਆਂ ਲਿਖਦੇ ਸੀ ਸੋ ਬੜੇ ਸਕਾਲਰ ਸਨ ਉਹਨਾਂ ਕਿਹਾ ਵੀ ਉਹ ਉਹਨਾਂ ਦਾ ਰੋਂਦਿਆਂ ਰੋਂਦਿਆਂ ਫੋਨ ਆਇਆ ਕਿ ਮੈਂ ਇੱਥੇ ਉਰਸ ਵਿੱਚ ਆ ਗਿਆ ਵਾਂ ਨਿਜ਼ਾਮਉਦੀਨ ਔਲੀਆ ਦੇ ਤੇ ਮੈਂ ਸੋਚ ਕੇ ਆਇਆ ਵੀ ਇੱਕ ਵਾਰੀ ਪਹੁੰਚ ਜਾਵਾਂਗਾ ਦਿੱਲੀ ਫਿਰ ਮੈਂ ਪਾਉਂਦਾ ਰਹਾਂਗਾ ਤੁਹਾਨੂੰ ਮਿਲਾਂਗਾ ਇੱਥੋਂ ਤੋਂ ਬੰਦੂਕਾਂ ਲੈ ਕੇ ਖੜੇ ਆ ਮੈਨੂੰ ਨਿਕਲਣ ਨਹੀਂ ਦਿੰਦੇ ਕਿਉਂਕਿ ਜਦੋਂ ਉਸ ਤੇ ਆਉਂਦੇ ਉਹਨਾਂ ਦੀ ਪ੍ਰੋਪਰ ਸਿਕਿਉਰਿਟੀ ਹੁੰਦੀ ਹੈ ਆਸ ਪਾਸ ਮਿਲਟਰੀ ਪੁਲਿਸ ਸਭ ਹੁੰਦੇ ਨੇ ਉਹਨਾਂ ਕਿਹਾ ਕਿ ਤੂੰ ਉਹਨੂੰ ਜਾ ਕੇ ਲਿਆ ਸਕਦੀ ਹੈ ਮੈਂ ਕਿਹਾ ਮੈਂ ਕੋਸ਼ਿਸ਼ ਕਰ ਸਕਦੀ ਹਾਂ ਤੋ ਮੈਂ ਕਿਹਾ ਇਹ ਪ੍ਰੈਸ ਕਾਰਡ ਏ ਇਹ ਪਿੱਛੇ ਹੋਮ ਮਿਨਿਸਟਰੀ ਦੀ ਮੋਹਰ ਹੈ ਨਾ ਜੀ ਕਹਿੰਦਾ ਨੇ ਹਾਂ ਠੀਕ ਹੈ ਮੈਂ ਬੁਲਾਓ ਨਾ ਬੁਲਾਇਆ ਫਸਟ ਟਾਈਮ ਆਈ ਸੋ ਹਿਮ ਵੀ ਹੈਡ ਬੀਨ ਫਰੈਂਡਸ ਫੋਰ ਈਅਰਸ ਲੇਕਿਨ ਉੱਥੋਂ ਦਾ ਕੋਈ ਰਾਈਟਰ ਇੱਥੇ ਨਹੀਂ ਸੀ ਆ ਸਕਦਾ ਅੱਛਾ ਇੱਥੋਂ ਦਾ ਕੋਈ ਰਾਈਟਰ ਉੱਥੇ ਨਹੀਂ ਸੀ ਜਾ ਸਕਦਾ ਕਹਿੰਦੇ ਆ ਮਾਂ ਛੜਿਆ ਇੰਨਾ ਬਾਹਰ ਨਹੀਂ ਨਿਕਲਣ ਦਿੰਦੇ ਮੈਂ ਸੋਚਿਆ ਸੀ ਆਵਾਂਗਾ ਸਾਰਿਆਂ ਨੂੰ ਜੱਫੀਆਂ ਪਾਵਾਂਗਾ ਮਿਲਾਂਗਾ ਮੈਨੂੰ ਕੀ ਪਤਾ ਸੀ ਮੈਨੂੰ ਕੈਦ ਹੋਣ ਜਾਣਾ ਹੈ ਮੈਨੂੰ ਕੀ ਕਰਨਾ ਨਿਜ਼ਾਮਉਦੀਨ ਔਲੀਆ ਦਾ ਮੈਂ ਕੀ ਕਰਨਾ ਹੈ ਸੋ ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਮੈਨੂੰ ਲਿਜਾਣ ਦਿਓ ਇਹ ਪ੍ਰੈਸ ਕਾਰਡ ਤੁਸੀਂ ਗਿਰਵੀ ਰੱਖੋ ਅੱਛਾ ਬੰਦਾ ਵਾਪਿਸ ਪ੍ਰੈਸ ਕਾਰਡ ਵਾਪਿਸ ਇਹ ਪ੍ਰੈਸ ਕਾਰਡ ਕਿਹੜਾ ਦੂਰਦਰਸ਼ਨ ਦੇ ਦਿਨਾਂ ਵਾਲਾ ਸੀ ਪ੍ਰੈਸ ਕਾਰਡ ਮੇਰਾ PIB ਅਕ੍ਰੈਡਿਟਡ ਜਰਨਲਿਸਟ 40 ਇਅਰਸ ਦੀ ਐਨੀਵੇ ਸੋ ਉਹ ਜਰਨਲ ਬਿਜ਼ਨਸ ਜਰਨਲ ਐਡਿਟ ਕੀਤਾ ਸੀਗਾ ਹਾਂ ਬੜੇ ਪਾਪੜ ਵੈਲੀ ਉਹਨੇ ਤੁਹਾਨੂੰ ਦੱਸਿਆ ਨਾ ਵਨ ਆਫ ਦਾ ਪਾਪੜ ਵਾਸ ਟੈਲੀਵਿਜ਼ਨ ਤਾਂ ਮੈਂ ਸੋਚਿਆ ਕਿ ਕੀ ਗੜਬੜ ਹੈ ਕਿਉਂ ਇਸ ਤਰ੍ਹਾਂ ਹੈ ਕਿ ਦੋਹਾਂ ਪੰਜਾਬਾਂ ਦਾ ਇੰਨਾ ਪਿਆਰ ਮੁਲਕ ਨੂੰ ਕੇਕ ਵਾਂਗੂ ਜੇ ਕੱਟ ਹੀ ਦਿੱਤਾ ਤੁਸੀਂ ਤਾਂ ਹੁਣ ਇਹ ਕੀ ਮਾਮਲਾ ਹੈ ਕਿ ਅਸੀਂ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਉਸ ਖਾਸ ਕਰਕੇ ਰਾਈਟਰਸ ਬਸ ਗੁੱਸਾ ਆ ਗਿਆ ਗੁੱਸਾ ਨਹੀਂ ਆਉਣਾ ਚਾਹੀਦਾ ਸਰਦਾਰਨੀ ਨੂੰ
ਤੁਸੀਂ ਰਾਈਟਰਸ ਵੀਜ਼ਾ ਦਾ ਉਸੇ ਟਾਈਮ ਕੰਮ ਸ਼ੁਰੂ ਕੀਤਾ ਨਾ ਫਿਰ ਤੁਸੀਂ ਜਿਹੜੀ ਲੜਾਈ ਸ਼ੁਰੂ ਕੀਤੀ ਐਗਜ਼ੈਕਟਲੀ ਆਈ ਸਟਾਰਟਡ ਨੈਗੋਸ਼ੀਏਟਿੰਗ ਦੇ ਸੈਡ ਡੋਨਟ ਵਰੀ ਇੱਕ ਸਾਰਕ ਬਣ ਰਿਹਾ ਠੀਕ ਹੈ ਉਹ ਉਹਦੇ ਸਾਰਕ ਹੀ ਦੇਖਣਾ ਕੀ ਹੋ ਸਕਦਾ ਕੀ ਹੋ ਸਕਦਾ 86 ਦਾ ਸ਼ੁਰੂ ਹੋਣਾ ਹੈ ਜਦੋਂ ਮੈਨੂੰ ਉਹ ਮਿਲੀ ਕਨਸਟੀਟਿਊਸ਼ਨ ਜੀ ਉਹ ਮੈਂ ਪੜ੍ਹੀ ਮੈਂ ਮੱਥਾ ਫੜ ਕੇ ਬਹਿ ਗਈ ਕਿਉਂਕਿ ਉਹਦੇ ਚ ਕਲਚਰ ਦਾ ਨਾ ਹੀ ਨਹੀਂ ਸੀ ਹਾਂ ਕਲਚਰ ਦਾ ਚੈਪਟਰ ਸ਼ੁਰੂ ਕੀਤਾ ਉਹਦੇ ਵਿੱਚ ਫਿਰ ਉਹ 86 ਵਿੱਚ ਮੇਰੀ ਜੰਗ ਸ਼ੁਰੂ ਹੋ ਗਈ ਰਾਈਟ ਸਾਡੀ ਮਿਨਿਸਟਰੀ ਦਾ ਮੈਂ ਕਿਹਾ ਤੁਹਾਨੂੰ ਵੀਜ਼ੇ ਦੇਣੇ ਪੈਣ ਰਾਈਟਰਸ ਵਾਸਤੇ ਰਾਈਟਰਸ ਤੇ ਪਾਕਿਸਤਾਨੀ ਰਾਈਟਰ ਐਜ਼ ਅ ਰਾਈਟਰ ਮਤਲਬ ਡਿਗਨਿਟੀ ਦੇ ਨਾਲ ਜੀ ਉਹਨਾਂ ਹਿੰਦੁਸਤਾਨ ਦੀ ਧਰਤੀ ਤੇ ਕਦਮ ਰੱਖਿਆ ਸ਼ੁਰੂ ਕੀਤਾ ਉਹ 1987 ਦੇ ਵਿੱਚ ਸਪਟੈਂਬਰ ਦੇ ਵਿੱਚ ਅੱਛਾ ਐਂਡ ਇਟ ਵਾਸ ਹਿਸਟਰੀ ਮੇਕਿੰਗ ਯਾ ਇਟ ਵਾਸ ਐਂਡ ਦੈਨ ਵੈਨ ਆਈ ਟੁੱਕ ਦ ਸਾਰਕ ਰਾਈਟਰਸ ਟੂ ਪਾਕਿਸਤਾਨ ਜੀ ਫਾਰ ਦ ਸਾਰਕ ਰਾਈਟਰਸ ਕਾਨਫਰੰਸ ਜੀ ਇਟ ਵਾਸ 2002 5,000-7,000 ਬੰਦਾ ਉੱਥੇ ਜੀ ਉਹ ਜੱਫੀਆਂ ਪਾਉਣੇ 2-2.5 ਘੰਟੇ ਲੱਗ ਗਏ ਜਿਸ ਵੇਲੇ ਅਸੀਂ ਹੋਟਲ ਪਹੁੰਚ ਗਏ ਇਮੀਗ੍ਰੇਸ਼ਨ ਵਾਲਿਆਂ ਦਾ ਫੋਨ ਆਇਆ ਕਿ ਵੀਜ਼ਾ ਨੂੰ ਸਟੈਂਪ ਕਰਨਾ ਭੁੱਲ ਗਏ ਅਸੀਂ ਤੇ ਉਹ ਵੀਜ਼ਾ ਨੂੰ ਸਟੈਂਪ ਕਰਨਾ ਇਮੀਗ੍ਰੇਸ਼ਨ ਸਟੈਂਪ ਕਰਨਾ ਭੁੱਲ ਗਏ ਤੇ ਤੁਸੀਂ ਜ਼ਰਾ ਪਲੀਜ਼ ਆਪਣੇ ਵੀਜ਼ਾਸ ਭੇਜ ਦਿਓ ਅਸੀਂ ਅਸੀਂ ਕਿ ਅਸੀਂ ਨਹੀਂ ਭੇਜ ਸਕਦੇ ਅਸੀਂ ਥੱਕੇ ਹੋਏ ਤੁਸੀਂ ਆ ਕੇ ਲਗਾ ਦਿਓ ਬਿਲਕੁਲ ਹੁਣ ਤਾਂ ਮਤਲਬ ਸਾਗ ਤੇ 8 ਕੰਟਰੀਜ਼ ਦਾ ਐਕਸਚੇਂਜ ਹੁੰਦਾ ਹਰ ਤਰ੍ਹਾਂ ਨਹੀਂ 8 ਕਿਸ ਤਰ੍ਹਾਂ ਹੋਏ ਉਦੋਂ ਪਹਿਲੇ ਜਿਹੜਾ ਸੀ ਉਹ 7 ਸਨ ਉਸ ਵਾਰ ਅਫਗਾਨਿਸਤਾਨ ਮੈਂ ਕਿਹਾ ਕਿ ਇਹ ਮਾਮਲਾ ਹੀ ਗਲਤ ਹੈ ਕਿਉਂਕਿ ਇਹ ਸਿਵਲਾਈਜੇਸ਼ਨਲ ਲਕੀਰ ਤੇ ਕੋਈ ਹੋਏ ਜੀ ਕੋਈ ਕਲਚਰਲ ਐਫਿਨਿਟੀ ਤੇ ਹੋਏ ਉਹ ਐਫਿਨਿਟੀ ਅਫਗਾਨਿਸਤਾਨ ਤੋਂ ਲਕੀਰ ਸ਼ੁਰੂ ਹੋ ਰਹੀ ਹੈ ਬਰਮਾ ਦੇ ਥੱਲੇ ਸਮੁੰਦਰ ਤੱਕ ਖਤਮ ਹੁੰਦੀ ਜੀ ਜੀ ਮੈਂ ਕਿਹਾ ਇਹ ਕਿਉਂ ਦੋ ਛੱਡ ਦਿੱਤੇ ਬਾਹਰ ਉਹ ਕਹਿੰਦੇ ਨੇ ਵੀ ਛੁੱਟ ਗਏ ਤੇ ਛੁੱਟ ਗਏ ਮੈਂ ਕਿਹਾ ਮੈਂ ਵਾੜਾਂਗੀ ਜਿਹੜੇ ਚੁਣ ਚੁਣ ਕੇ ਲਿਆਉਂਦੇ ਹੋ ਫੋਕ ਆਰਟਿਸਟ ਨੂੰ ਚੁਣਦੇ ਹੋ ਇਹ ਡੀਪਰ ਟ੍ਰੈਵਲ ਏਰੀਆ ਆਈ ਸਟਾਰਟਡ ਵਿਦ ਓਨਲੀ ਰਾਈਟਰਸ ਐਂਡ ਇੰਟੈਲੈਕਚੁਅਲ ਲੇਕਿਨ ਇਨ 2005 ਆਈ ਥੌਟ ਕਿ ਦੇਰ ਆਰ ਇੰਪੋਰਟੈਂਟ ਸਿਵਿਲਾਈਜੇਸ਼ਨਲ ਲਿੰਕੇਜਸ ਆਲਸੋ ਵਿਚ ਆਰ ਲਾਈਂਗ ਇਨ ਫੋਕਲੋ ਜੀ ਔਰ ਫੋਕਲੋ ਵਿੱਚ ਨੇ ਬੁੱਧਿਜ਼ਮ ਵਿੱਚ ਨੇ ਤੇ ਸੂਫੀਜ਼ਮ ਵਿੱਚ ਨੇ ਅੱਛਾ ਸ਼ੁਰੂ ਮੈਂ ਸੂਫੀਜ਼ਮ ਨਾਲ ਕੀਤਾ ਜੀ ਉਹਨਾਂ ਦੇ ਵਿੱਚ ਤਾਂ ਫਿਰ ਉਜ਼ਬੇਕਿਸਤਾਨ ਤੋਂ ਤਾਜਿਕਸਤਾਨ ਤੋਂ ਵੀ ਬੁਲਾਣੇ ਪਏ ਕਿਉਂਕਿ ਸੂਫੀਜ਼ਮ ਸ਼ੁਰੂ ਉੱਥੋਂ ਹੋਇਆ ਜੀ ਜੀ ਤਾਂ ਉੱਥੋਂ ਹੀ ਉੱਠ ਕੇ ਆਏ ਨੇ ਜਿਹੜੇ ਸੂਫੀ ਉਹ ਕਸ਼ਮੀਰ ਜਾ ਕੇ ਵਸੇ ਨੇ 10ਵੀਂ ਸਦੀ 9ਵੀਂ ਸਦੀ ਚ ਔਰ ਇੱਕ ਗਏ ਨੇ ਲਾਹੌਰ ਜਿਨ੍ਹਾਂ ਨੂੰ ਦਾਤਾ ਗੰਜ ਬਖਸ਼ਾ ਜਵੇਰੀ ਕਹਿੰਦੇ ਨੇ ਔਰ ਦਾਤਾ ਦਾ ਦਰਬਾਰ ਕਰਕੇ ਜਾਣਿਆ ਜਾਂਦਾ ਲਾਹੌਰ ਜੰਮੀ ਸੀ ਮੈਂ ਬਿਲਕੁਲ ਤੇ ਮੇਰੀ ਮਾਂ ਉਧਰੋਂ ਡੇਰਾ ਸਾਹਿਬ ਵੀ ਲੈ ਜਾਂਦੀ ਸੀ ਗੁਰਦੁਆਰੇ ਤੇ ਉਹ ਲੈ ਜਾਂਦੀ ਸੀ ਦਾਤਾ ਦੇ ਦਰਬਾਰ ਉਹ ਮੀਆਂ ਮੀਰ ਦੇ ਮਜ਼ਾਰ ਤੇ ਵੀ ਲੈ ਜਾਂਦੀ ਸੀ ਤੇ ਇਹ ਸ਼ਾਹ ਹੁਸੈਨ ਦੇ ਮਜ਼ਾਰ ਤੇ ਵੀ ਲੈ ਜਾਂਦੀ ਸੀ ਲਾਹੌਰ ਤੋਂ ਦਿੱਲੀ ਤੁਸੀਂ ਪਹੁੰਚੇ ਪਾਰਟੀਸ਼ਨ ਦੇ ਦੌਰਾਨ ਉਸ ਟਾਈਮ ਤੁਸੀਂ 13-14 ਸਾਲ ਦੇ ਸੀਗੇ ਟੀਨੇਜਰ ਸੀ ਉਸ ਟਾਈਮ 12 ਤਕਰੀਬਨ ਜੀ ਉਸ ਵਕਤ ਲਾਹੌਰ ਛੱਡਣਾ ਕਿੰਨਾ ਮੁਸ਼ਕਿਲ ਲੱਗਿਆ ਤੇ ਦਿੱਲੀ ਆ ਕੇ ਵਸਣਾ ਤੇ ਲਾਹੌਰ ਦੀ ਕਿਹੜੀ ਯਾਦਾਂ ਸੀ ਜਿਹੜੀਆਂ ਕਿ ਤੁਹਾਨੂੰ ਲੱਗਿਆ ਲਾਹੌਰ ਦੀਆਂ ਯਾਦਾਂ ਪੁੱਛਣ ਲੱਗੋਗੇ ਤੇ ਫਿਰ ਤੁਹਾਡਾ ਪ੍ਰੋਗਰਾਮ ਗਿਆ ਫਿਰ ਉਹ 3 ਦਿਨ ਚੱਲੇਗਾ ਪਰ ਸਮ ਆਫ ਦੈਮ ਜੀ ਆਰ ਇਨ ਮਾਈ ਆਟੋਬਾਇਓਗ੍ਰਾਫੀਸ ਖਾਨਾ ਬਦੋਸ਼ ਔਰ ਕੂੜਾ ਕਬਾੜਾ ਪਰ ਲਾਹੌਰ ਤੋਂ ਦਿੱਲੀ ਆ ਕੇ ਐਡਜਸਟ ਹੋਣਾ ਲਾਹੌਰ ਤੋਂ ਇੱਕਦਮ ਅਸੀਂ ਦਿੱਲੀ ਨਹੀਂ ਆਏ ਅੱਛਾ ਕਿਉਂਕਿ ਜਦੋਂ ਉੱਥੇ ਕਤਲ ਵਾਰਤ ਸ਼ੁਰੂ ਹੋ ਗਿਆ ਮਕਾਨ ਸੜਨੇ ਸ਼ੁਰੂ ਹੋ ਗਏ ਲਾਟਾਂ ਦੂਰ ਦੂਰ ਵੇਖ ਕੇ ਸਾਰੇ ਕਹਿੰਦੇ ਉਹ ਸ਼ਾਲਮੀ ਸੜ ਰਿਹਾ ਉਹ ਪਾਰਟੀ ਸੜ ਰਿਹਾ ਤੇ ਸਾਰਾ ਰਾਤ ਅਸੀਂ ਕੋਠਿਆਂ ਤੇ ਪਹਿਰਾ ਦਿੰਦੇ ਸੀ ਜੀ ਕਿਉਂਕਿ ਸਟੈਬਿੰਗ